ਜਿਹੜਾ ਬੰਨ ਟੁੱਟਦਾ ਹੈ ਉਹ ਪੰਜਾਬ ਨੂੰ ਦੇ ਰਿਹਾ ਹੈ, ਜਿਹੜਾ ਸੈਫਰਾਨ ਸਿਸਟਮ ਹੈ ਉਹ ਹਰਿਆਣੇ 'ਚ ਹੈ ਜੀ। ਚਾਹੇ ਤਾਂ ਹਰਿਆਣੇ ਦੇ ਪਿੰਡ ਡੁੱਬਦੇ ਆ ਜਾਂ ਪੰਜਾਬ ਦੇ ਡੁੱਬਦੇ ਆ, ਸਾਰੇ ਆਪਣੇ ਆ, ਕਿਉਂਕਿ ਦੁੱਖ ਸੁੱਖ ਦੇ ਸੀਰੀ ਆ ਸਾਰੇ ਇੱਕ ਦੂਜੇ ਦੇ। ਹੁਣ ਤਾਂ ਚੱਕ ਚੁੱਕ ਆ ਗਏ ਉਹਨੇ ਪਿੰਡ ਕੁਲਰੀਆਂ ਆਏ ਨੂੰ ਵੀ ਚੱਕੋ ਲੱਖ ਰੁਪਏ, ਭਾਈ ਪੰਜ ਚਾਰ ਲੱਖ ਰੁਪਏ ਤੁਸੀਂ ਆ ਤੇਲ ਫੂਕੋ, ਇੱਕ ਰੁਪਈਆ ਸਾਨੂੰ ਸਰਕਾਰ ਵੱਲੋਂ ਨਹੀਂ ਆਇਆ। ਹਾਂ ਹੁਣ ਦੇਖ ਕੇ ਲੱਗਦਾ ਵੀ ਇਹਨਾਂ ਦੀਆਂ ਸਰਕਾਰਾਂ ਕੋਲ ਕੋਈ ਸਿਸਟਮ ਹੀ ਨਹੀਂ ਹੈਗਾ ਯਾਰ। ਹੋਰ ਤਾਂ ਹੋਰ ਲੋਕ ਪਾਪਲਾਈਨ ਜਿਹੜੀ ਮਸ਼ੀਨ ਆ ਉਹਦੇ ਵਾਸਤੇ ਬਿਲਕੀ ਗਏ ਨੇ ਯਾਰ ਕਿੰਨੇ ਦਿਨ। 1988 ਦਾ ਜਿਹੜਾ ਹੜ੍ਹ ਆਇਆ ਸੀ ਨਾ, 1988 ਦੇ ਹੜ੍ਹ ਨੇ ਵੀ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ। ਤੁਹਾਡੇ ਕੋਲ ਚਾਂਦਰਾ ਬੰਨ ਟੁੱਟਣ ਤੋਂ ਬਾਅਦ ਹੁਣ ਜਦੋਂ ਪਾਣੀ ਕੱਢ ਰਹੇ ਹੋਗੇ ਖੇਤਾਂ 'ਚ, ਕੋਈ ਬਦਲਾਅ ਵਾਲਾ ਲੀਡਰ ਆਇਆ ਵੀ ਆ ਤੁਹਾਨੂੰ ਕਹਿਣ ਵਾਸਤੇ ਫਿਕਰ ਨਾ ਕਰੋ ਮੈਂ ਤੁਹਾਨੂੰ ਚੱਕ ਦਵਾਂ? ਅਸੀਂ ਕਹਿੰਦੇ ਸੱਥਾਂ 'ਚ ਤਾਂ ਛੱਡੋ, ਹੁਣ ਸਾਡੇ ਖੇਤਾਂ 'ਚ ਆ ਜਾਓ, ਇੱਥੇ ਸਾਡੀ ਆ ਕੇ ਸੁਣ ਲਓ ਬਾਤ। ਪਾਣੀ ਦਾ ਤੇਜ਼ ਬਹਾਓ, ਵਿੱਚ ਜਿਹੜੇ ਜ਼ਹਿਰੀਲੇ ਜਾਨਵਰ ਆਉਂਦੇ ਆ, ਸੱਪ ਵਗੈਰਾ ਆਉਂਦੇ ਆ ਜਾਂ ਜਿਹੜੇ ਮਰੇ ਹੋਏ ਪਸ਼ੂ ਹੈ ਉਹ ਤੱਕ ਸਾਨੂੰ ਕੱਢਣੇ ਪੈਂਦੇ ਸੀਗੇ। ਪੀ ਐੱਮ ਸਾਹਿਬ ਸਾਨੂੰ ਨਹੀਂ ਪਤਾ, ਜਿੱਥੋਂ ਮਰਜ਼ੀ ਲੈ ਕੇ ਆਓ, ਕਾਲੇ ਚੋਰ ਤੋਂ ਲੈ ਕੇ ਆਓ, ਪਰ ਸਾਡੇ ਕਿਸਾਨਾਂ ਦੇ ਦੁੱਖਾਂ 'ਤੇ ਮਲਹਮ ਜ਼ਰੂਰ ਲਾ ਦਿਓ। ਸਰਕਾਰਾਂ ਬਦਲਣ ਨਾਲ, ਚਿਹਰੇ ਬਦਲਣ ਨਾਲ ਕੁਛ ਨਹੀਂ ਹੁੰਦਾ ਹੈਗਾ, ਜਿੰਨਾ ਜਦੋਂ ਤੱਕ ਜਿਹੜਾ ਸਿਸਟਮ ਹੈ ਉਹ ਨਹੀਂ ਬਦਲਿਆ ਜਾਂਦਾ। ਇੱਕ ਆਉਣ ਆ ਮੇਰੀ ਗੱਲ, ਇਹ ਵੀਡੀਓ ਨੂੰ ਸਾਂਭ ਕੇ ਰੱਖਣੀ, ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਹੈ। ਇਹ ਪਿੰਡ ਦੇ ਚੌਧਰੀ ਪਟਵਾਰੀਆਂ ਨਾਲ ਮਿਲ ਮਿਲ ਕੇ ਇਹਨਾਂ ਨੇ ਹਿੱਸੇ ਪਾ ਲੈਣੇ ਨੇ, ਜਿਨ੍ਹਾਂ ਦਾ ਇੱਕ ਖੁੱਡ ਨਹੀਂ ਮਰਿਆ ਉਹਨਾਂ ਨੇ ਆਪਣੇ ਰੁਪਈਏ ਖਾਤਿਆਂ ਵਿੱਚ ਪਵਾ ਲੈਣੇ ਨੇ, ਅਤੇ ਜਿਨ੍ਹਾਂ ਦੀ ਕਿਸਾਨਾਂ ਦੀ ਫਸਲ ਮਰ ਗਈ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ। ₹6500 ਰੁਪਈਆ ਮਕਾਨ ਦਾ ਮੁਆਵਜ਼ਾ ਹੈ, ਤੁਸੀਂ ਮੈਨੂੰ ਦੱਸੋ ਕਿ ₹6500 ਰੁਪਈਏ ਦੇ ਨਾਲ ਇੱਕ ਢਹਿ ਚੁੱਕੇ ਮਕਾਨ ਦੇ ਵਿੱਚ ਕੀ ਬਣੂਗਾ? ਜਿਹੜਾ ਸਾਨੂੰ ਮੁਆਵਜ਼ਾ ਹੈ, ਚਾਹੇ ਉਹ ਫਸਲਾਂ ਦਾ, ਚਾਹੇ ਕਿਸੇ ਗਰੀਬ ਪਰਿਵਾਰ ਦੇ ਮਜ਼ਦੂਰ ਦਾ ਜਿਹੜਾ ਘਰ ਡਿੱਗਿਆ ਉਹਦਾ, ਸਾਨੂੰ ਫਟਾਫਟ ਫੌਰੀ ਤੌਰ 'ਤੇ ਜਿਹੜਾ ਸਾਨੂੰ ਮੁਆਵਜ਼ੇ ਦੇ ਦੇਣਾ, ਸਾਨੂੰ ਮੌਕਾ ਹੀ ਨਾ ਦਿੱਤਾ ਜਾਵੇ ਵੀ ਸਾਨੂੰ ਧਰਨਾ ਲਾਉਣਾ ਪਵੇ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਗਾਣੀ ਹਾਂ, ਤੁਸੀਂ ਜੁੜੇ ਹੋ ਸਿਰਲੇਖ ਦੇ ਨਾਲ। ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਦੇ ਅਧੀਨ ਪੈਂਦਾ ਪਿੰਡ ਕੁਲਰੀਆਂ, ਜਿਉਂ ਹੀ ਚਾਂਦਪੁਰਾ ਬੰਨ ਟੁੱਟਦਾ ਹੈ, ਚਾਂਦਪੁਰੇ ਤੋਂ ਬਾਅਦ ਪਹਿਲਾ ਪਿੰਡ ਕੁਲਰੀਆਂ ਆਉਂਦਾ ਹੈ। ਕੁਲਰੀਆਂ ਦੀਆਂ ਹਜ਼ਾਰਾਂ ਏਕੜ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋਈਆਂ ਨੇ। ਹਾਂ, ਸ਼ੁਕਰ ਹੈ ਪਰਮਾਤਮਾ ਦਾ ਕਿ ਬਹੁਤ ਸਾਰੇ ਜਿਹੜੇ ਘਰ ਨੇ ਉਹ ਘਰ ਡਿੱਗਣ ਤੋਂ ਬਚੇ ਨੇ ਇਸ ਪਿੰਡ ਦੇ। ਪਰ ਅਸੀਂ ਖੇਤਾਂ ਵਿੱਚ ਬੈਠੇ ਹਾਂ, ਜਦੋਂ ਕਿਸਾਨੀ ਅੰਦੋਲਨ ਚੱਲਦਾ ਤਾਂ ਇਸ ਪਿੰਡ ਦੇ ਬਹੁਤ ਸਾਰੇ ਲੋਕ ਉਸ ਅੰਦੋਲਨ ਵਿੱਚ ਮੋਹਰੀ ਰੋਲ ਅਦਾ ਕਰਦੇ ਨੇ। ਪਰ ਜਦੋਂ ਅਸੀਂ ਚਾਂਦਪੁਰਾ ਬੰਨ ਟੁੱਟਦਾ ਤਾਂ ਦਿਨ ਰਾਤ ਲੋਕ ਸੇਵਾ ਦੇ ਵਿੱਚ, ਲੋਕਾਂ ਦੇ ਘਰ ਬਚਾਉਣ ਦੇ ਲਈ, ਲੋਕਾਂ ਦੀਆਂ ਫਸਲਾਂ ਬਚਾਉਣ ਦੇ ਲਈ ਦਿਨ ਰਾਤ ਦੋ ਨੌਜਵਾਨ ਸਾਡੇ ਸਾਹਮਣੇ ਵਾਰੀ ਵਾਰੀ ਨਜ਼ਰੀ ਪੈਂਦੇ ਸੀ, ਸਿਮਰਜੀਤ ਸਿੰਘ ਕੁਲਰੀਆਂ ਅਤੇ ਬੱਬੂ ਕੁਲਰੀਆਂ। ਦਿਨ ਰਾਤ 12-1 ਵਜੇ ਵੀ ਕਾਲ ਕਰਦੇ ਸੀ ਅਸੀਂ, ਬਾਈ ਜੀ ਕੀ ਸਟੇਟਸ ਹੈ ਹੁਣ ਬੰਨ ਦਾ, ਕਿੱਥੇ ਜੇ ਕੀ ਗੱਲਬਾਤ ਹੈ, ਤਾਂ ਦਿਨ ਰਾਤ ਇਹ ਦੋ ਬਾਈ ਸਾਨੂੰ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਸੀਗੇ। ਇਸ ਦੁਖਾਂਤ ਦੇ ਅਨੁਸਾਰ ਕੀ ਕੁਝ ਵਾਪਰਿਆ, ਕੀ ਕੁਝ ਹੋਣਾ ਚਾਹੀਦਾ ਸੀ, ਕੀ ਕੁਝ ਨਹੀਂ ਹੋਇਆ, ਕੀ ਕੁਝ ਵਾਪਰ ਗਿਆ, ਉਹ ਸਭ ਕੁਝ ਗੱਲਾਂ ਕਰਨ ਦੇ ਲਈ ਇਹ ਮੁਲਾਕਾਤ ਇਸ ਲਈ ਵਿਸ਼ੇਸ਼ ਹੈ ਕਿ ਜਦੋਂ ਅਸੀਂ ਹੁਣ ਕਿਸੇ ਨੂੰ ਪੁੱਛਦੇ ਹਾਂ ਕਿ ਯਾਰ 88 ਦੇ ਹੜ੍ਹਾਂ 'ਚ ਕੀ ਹੋਇਆ ਸੀ, 93 'ਚ ਕੀ ਹੋਇਆ ਸੀ, ਤਾਂ ਕੋਸ਼ਿਸ਼ ਰਹੂਗੀ ਕਿ ਅਸੀਂ ਇਸ ਲੰਮੀ ਮੁਲਾਕਾਤ ਦੇ ਵਿੱਚ ਉਹ ਸਾਰੀਆਂ ਗੱਲਾਂ ਰੱਖ ਸਕੀਏ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੁਲਾਕਾਤ, ਇਹ ਇੰਟਰਵਿਊ ਲੋਕ ਸੁਣਨ ਕਿ ਯਾਰ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਤਾਂ ਉਦੋਂ ਆਹ ਕੁਝ ਵਾਪਰਿਆ ਸੀ। ਕਰਦਿਆਂ ਗੱਲਬਾਤ, ਕੀ ਕੁਝ ਹੰਢਾਇਆ, ਕੀ ਕੁਝ ਹੰਢਾ ਰਹੇ ਨੇ ਸਾਡੇ ਕਿਸਾਨ ਭਰਾ। ਬਾਈ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਬੱਬੂ, ਜਦੋਂ ਚਾਂਦਪੁਰਾ ਬੰਨ ਟੁੱਟਦਾ ਪਹਿਲਾਂ ਤੁਹਾਨੂੰ, ਤੁਸੀਂ ਪਹਿਲੀ ਉੱਥੇ ਸੀ ਜਾਂ ਤੁਹਾਨੂੰ ਕਿਸੇ ਦਾ ਫੋਨ ਆਇਆ ਸੀ, ਕਿਵੇਂ ਪਹੁੰਚੇ? ਇਹ ਤਕਰੀਬਨ 4:30 ਦੀ ਗੱਲ ਹੈ, ਕਿਉਂਕਿ ਅਸੀਂ ਕਾਲੀ ਵਾਲੀ ਸਾਈਡ 'ਤੇ ਸੀ, ਕਾਲੀ ਵਾਲੀ ਸਾਈਡ ਗੱਡੀ ਲੈ ਕੇ ਅਸੀਂ ਚੈੱਕ ਕਰ ਰਹੇ ਸੀ ਵੀ ਲੋਕ ਜਾਗਦੇ ਨੇ ਜਾਂ ਬੰਨ ਦੀ ਸਥਿਤੀ ਕਿਵੇਂ ਹੈ,
क्योंकि उस तो पहला भी जिहड़ा चांदपुर वाली साइड है दो तीन बार जिहड़े उह सोरां हो चुकियां सी उत्थे अपने पिंडों ने रणजीत सिंह जी सरपंच साबका रहे ने उह ते एक दो मुंडे होर उन्होंने भी पहला उह ढोलियां जिहड़ियां बंद कीतियां ने साढ़े क चार बजे असीं निकले हाँ ते पौने पंज बजे मेरे लवे फोन आया दविंदर मुंडा चकली शेर तो जी 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 वह कहिंदा सोर हो गई बई ते अपना जल्दी आ जाओ असीं उन्हीं पैरी गड्डी चक के असीं वापस उत्थे गए हाँ ते जिहड़े उह उदों जिहड़ी सोर सी तकरीबन इन्ना क रस्ता सी मतलब नीचे उस रस्ते राही जिहड़ियां ने मैं दो ट्रालियां गट्टियां दीआं लंघातियां क्योंकि सामने का जो राह ही ला लो सोर का इन्ना कसी पर जो बिच जो पाड़ा वह बहुत डूंगा पै गया थी उस तो बाद जी ट्राली वगैरह भी सीटी है वो साढ़े अखी देखने की गल है ट्रैक्टर तक भी भाई वह बिच डिगण में तैयार हो रहा है मसा जो एक गुला जो अपना ट्रैक्टर ट्राली तो वो बचालों क्ड के ट्राली भी सुटती उस तो बाद पता नहीं किन्ने क दरख्त कट कट के सीटते पर जोड़ा पानी का बहा ही इन्ना ज्यादा से मतलब उस तो बाद समया नहीं इन्नी ताकत बन चुकी सी पानी की पर हुण देख के लगता है भी इन्हां दी सरकारां कोल कोई सिस्टम ही नहीं हैगा यार होर तां होर लोक पॉपलाइन जिहड़ी मशीन है उहदे वास्ते बिलकी गए ने यार किन्ने दिन देखो साडे बजुर्गां ने ना 1962 दे विच जिहड़ा पहली वारी दुखांत क्योंकि पंजाबियां दे विच जदों भाखड़ा मेन ब्रांच निकली इत्थों दी उदों इह साइफन बन गया सी उस तों बाद 7-8 सालां बाद ही साडे लोकां ने 1962 दा जिहड़ा हड़ सी उहदा सामना कीता 1962 दे हड़ ने नुकसान कीता इस इलाके दे विच तां जदों फलड आ गया तां सरदार प्रताप सिंह कैरों चीफ मिनिस्टर सीगे पंजाब दे जी 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 पंजाब हरियाणा इकट्ठे सी तां उन्हां ने इह जमीन सी जिहड़ी एक्वायर कीती सी उस तों बाद स्थितियां इह रहियां कि कुछ साल फलड नहीं आया पर 1988 दा जिहड़ा हड़ आया सी ना 1988 दे हड़ ने भी फसलां दा बहुत ज़्यादा नुकसान कीता सी मैं छोटा सी भावें 7-8 साल का सी पर सानू पता है असी देखे पानी एक फिल्म की तरह सानू याद है भी 1988 का जिहड़ा फलड सी साडे कुलड़ियां दे खेतों तक पहुँच गया सी उस तो बाद 1993 दे विच फलड आया जिन्हें सरदारे वाले तक मार कीती उन्हें भी बहुत ज़्यादा नुकसान किया सी पर सरकारां दी जिहड़ी इस इलाके वास्ते जां चांदपुरा बन वास्ते नीति ते नीयत रही है वो साफ नहीं सी ना पहला आनिया दी सी ना हुण सी इस बार जिहड़ा फलड आया ये मैं समझदा कि पिछलियां सरकारां दी भी बदौलत क्योंकि जदों 1995 दे विच इन्हां सिरड़ी लोकां ने इस इलाके दे 23 फुट तक जिहड़ा पानी है वह सैफन दे विच चलाया होयागा उदों बन्न नहीं टुट्टिया फिर उस तो बाद 2010 दे विच क्योंकि मैं 2010 च बन्न ते जदों जांदे सी साथी उन्हां दे नाल जाके हाथ वटाउण लग गया सी तकरीबन 13 साल हो गए साढ़े हालात ये रहे है कि असी सैफन नूं जदों साफ करदे सी दरख्त आउंदे सी तां उहदे विच रस्सियां नाल थल्ले उतर के उहनूं साफ करना पैंदा सी सानूं कोई मशीनरी वगैरह नहीं दित्ती जांदी सी तुसीं देखो कि इस तों भैड़ी हालात लोकां दी की हो सकती है कि ना तां प्रशासन सानूं साथ दिंदा सी ना सानूं मशीनरी मिलदी सी उत्तों जिहड़ी कुदरती करोपी है उह कुदरती करोपी भी साढ़े नाल बहुत ज़्यादा मजाक करती सी हरेक पक्षों नुकसान साडा आर्थिक तौर पर भी ते जान माल का नुकसान भी साडा होण दा डर बनिया रहिंदा सी क्योंकि जदों असी उस सैफना नूं साफ करदे सी पानी दा तेज़ बहाव विच जिहड़े जहरीले जानवर आउंदे आ सप्प वगैरह आउंदे आ जां जिहड़े मरे हुए पशु है उह तक सानूं कढणे पैंदे सीगे इस वार असी 6 जुलाई तों पिंडां दे विच भी असी सुनेहे लाए खासकर मैं सलाम करदा प्रणाम करदा साढ़े कुलड़ियां पिंड के बहादुर लोगों के जिहड़े जदों थोड़ा जिहा भी आभास हुंदा है कि बरसातां शुरू हो गईआं तां चांदपुरा सैफन ते जाके डट जांदे आ चांदपुरा बन ते जाके कम करना शुरू कर दिंदे आ हुण भी 6-7 तरीक तों सारे असीं उत्थे डटे हुए सी सानूं जिहड़ी पोकलैन मशीन है वह 14 तरीक नूं मिलदी है जे साढ़े कोल उह मशीन 50 फुट वाली कितने 9-10 तरीक तक पहुँच जाती तो शायद ये नुकसान होने तो बच जाता क्योंकि 1962 दे विच जिहड़ा बन सी 1962 च बनिया उस तो बाद 66 दे विच पंजाब ते हरियाणा अलग हो गए जिहड़ी बन वाली जगह 2.3 किलोमीटर वह हरियाणे दे विच आउंदी है पर 90वें दे विच साडे लोकां ने केस पाया 1993 दे हड़ तों बाद कि जिहड़ा ये बन है इहदा रख रखा है जिहड़ा पंजाब नूं मिलना चाहीदा तां मानयोग पंजाब एंड हरियाणा हाई कोर्ट दे विचों जिहड़ा फैसला सी उह पंजाब दे हक च हो गया सी कि पंजाब इहदा रख रखा करूगा स्थिति हुण इह है कि बन है जिहड़ा बन पंजाब उहदी रख रखा करदा है साडे लोक उहदी सांभ संभाल करदे है प्रशासन साडा उहदी सांभ संभाल करदा है पर उह तों 0.5 किलोमीटर की दूरी पर जिहड़ा चांदपुरा सैफन है वह हरियाणे दे अधिकार खेत्र च आउंदा है इसे करके सानू इस बार बहुत वड्डी समस्या ये आई
ਕਿਸ ਮਾਨਯੋਗ ਡਿਪਟੀ ਕਮਿਸ਼ਨਰ ਫਤਿਹਾਬਾਦ ਦੇ ਜਿਹੜਾ ਬੰਨ ਟੁੱਟਦਾ ਉਹ ਪੰਜਾਬ ਨੂੰ ਦੇਖ ਰਿਹਾ ਜਿਹੜਾ ਸੈਫਰਾ ਸਿਸਟਮ ਹੈ ਉਹ ਹਰਿਆਣੇ ਚ ਹੈ ਹਰਿਆਣੇ ਚ ਹੈ ਜੀ ਆਪਣੇ ਕੋਲੇ ਸਿਰਫ ਬੰਨ ਹੈ ਜਿਹੜਾ ਉਹ ਪੰਜਾਬ ਕੋਲੇ ਹੈ ਤੇ ਇਸ ਵਾਰ ਸਥਿਤੀਆਂ ਸਾਰੇ ਸਾਲਾਂ ਨਾਲੋਂ ਵੱਖਰੀਆਂ ਇਹ ਸੀ ਕਿ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਮਾਨਯੋਗ ਡਿਪਟੀ ਕਮਿਸ਼ਨਰ ਨੇ ਇੱਥੇ ਦਫਾ 144 ਲਾਤੀ ਸੀ ਕਿ ਪੰਜਾਬ ਦੇ ਲੋਕ ਇੱਥੇ ਇਕੱਠੇ ਨਾ ਹੋਣ ਇਸ ਕਰਕੇ ਲੋਕਾਂ ਦੇ ਵਿੱਚ ਉਹਨਾਂ ਨੇ ਸਹਿਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰੀ ਸਮਝ ਮੁਤਾਬਕ ਮੈਨੂੰ ਲੱਗਦਾ ਕਿ ਪੰਜਾਬ ਤੇ ਹਰਿਆਣੇ ਦਾ ਜਿਹੜਾ ਭਾਈਚਾਰਾ ਕਿਸਾਨ ਅੰਦੋਲਨ ਵੇਲੇ ਬਣਿਆ ਸੀ ਜਿਹੜਾ ਛੋਟਾ ਤੇ ਵੱਡਾ ਭਾਈ ਉੱਥੇ ਡਟ ਕੇ ਲੜੇ ਦਿੱਲੀ ਦੇ ਵਿੱਚ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਾਇਆ ਜਿਹੜੇ ਨਰਿੰਦਰ ਮੋਦੀ ਬਾਰੇ ਇਹ ਪ੍ਰਚਾਰ ਹੁੰਦਾ ਸੀ ਕਿ ਇਹ ਝੁਕਦਾ ਨਹੀਂ ਹੈਗਾ ਆਪਣੇ ਕੀਤੇ ਫੈਸਲੇ ਆ ਜਿਹੜੇ ਉਹ ਵਾਪਸ ਨਹੀਂ ਲੈਂਦਾ ਪਰ ਪੰਜਾਬ ਅਤੇ ਹਰਿਆਣਾ ਨਾਲ ਸਾਡੇ ਜਿਹੜੇ ਯੂਪੀ ਦੇ ਕਿਸਾਨ ਭਰਾ ਸੀ ਸਾਰਿਆਂ ਨੇ ਡਟ ਕੇ ਉੱਥੇ ਨਰਿੰਦਰ ਮੋਦੀ ਦਾ ਮੁਕਾਬਲਾ ਕੀਤਾ ਅਸਲ ਦੇ ਵਿੱਚ ਜਿੱਥੋਂ ਤੱਕ ਮੇਰੀ ਸਮਝ ਹੈ ਕਿ ਕੇਂਦਰ ਸਰਕਾਰ ਨੂੰ ਉਹ ਚੀਜ਼ ਹੈ ਜਿਹੜੀ ਉਹ ਖਟਕ ਰਹੀ ਹੈ ਸੋ ਇਸੇ ਕਰਕੇ BJP ਨੇ ਹਰਿਆਣੇ ਦੀ ਸਰਕਾਰ ਨੇ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਪਾੜਾ ਪਾਉਣ ਦੀ ਵੀ ਕੋਸ਼ਿਸ਼ ਇਸ ਬੰਨ ਜ਼ਰੀਏ ਕੀਤੀ ਹੈਗੀ ਅਸਲ ਦੇ ਵਿੱਚ ਲੋਕਾਂ ਨੇ ਲੋਕਾਂ ਨੂੰ ਬਚਾਏ ਕਿਉਂਕਿ ਜਦੋਂ ਅਸੀਂ ਲਗਾਤਾਰ ਜਿਵੇਂ ਬਾਈ ਨੇ ਦੱਸਿਆ ਵੀ 6 ਤਰੀਕ ਤੋਂ ਲੱਗੇ ਸੀ 6 ਤਰੀਕ ਤੋਂ ਹੀ ਜਿਹੜੇ ਦਰਵਾਜ਼ੇ ਨੇ ਉਹ ਬੰਦ ਹੋਣੇ ਸ਼ੁਰੂ ਹੋ ਗਏ ਸੀ ਅਸੀਂ 6 ਤਰੀਕ ਤੋਂ ਹੀ ਮੀਡੀਆ ਜ਼ਰੀਏ ਆਪਦੇ ਸੋਸ਼ਲ ਮੀਡੀਆ ਦੇ ਜ਼ਰੀਏ ਅਤੇ ਸਪੈਸ਼ਲ ਫੋਨ ਕਰਕੇ ਫੇਸ ਟੂ ਫੇਸ ਮਿਲ ਕੇ ਅਧਿਕਾਰੀਆਂ ਨੂੰ ਅਸੀਂ ਧਿਆਨ 'ਚ ਲਿਆ ਰਹੀ ਸੀ ਵਾਰ ਵਾਰ ਵੀ ਸਾਨੂੰ ਇੱਕ ਜਿਹੜੀ ਪੋਕਲੈਨ ਮਸ਼ੀਨ ਹੈ ਉਹ ਮੁਹੱਈਆ ਕਰਾਈ ਜਾਵੇ ਕਿਉਂਕਿ ਇੱਕ ਤਾਂ ਪਾਣੀ ਦਾ ਬਹਾਅ ਬਹੁਤ ਤੇਜ਼ ਸੀ ਠੀਕ ਹੈ ਦਰਖਤ ਵਗੈਰਾ ਜਲ ਬੂਟੀ ਵਗੈਰਾ ਲੱਗ ਕੇ ਜਿਹੜੇ ਦਰਵਾਜ਼ੇ ਉਹ ਜਾਮ ਹੋ ਚੁੱਕੇ ਸੀ ਠੀਕ ਹੈ ਅਸੀਂ ਫਿਰ ਵੀ ਅਸੀਂ ਉਤਰੇ ਹਾਂ ਆਹ ਬਾਈ ਹੋਰੀ ਉਤਰੇ ਨੇ ਵਿੱਚ ਉੱਤਰ ਕੇ ਜਦੋਂ ਅਸੀਂ ਦੇਖਿਆ ਵੀ 4 ਦਿਨਾਂ ਤੋਂ ਬਾਅਦ ਵੀ ਮਸ਼ੀਨ ਕੋਈ ਮੁਹੱਈਆ ਨਹੀਂ ਕਰਾ ਰਹੀ ਸਰਕਾਰ ਆ ਉਹ ਆਪਦੇ ਤੌਰ 'ਤੇ ਕੋਈ ਕਦਮ ਚੱਕ ਨਹੀਂ ਰਹੀ ਅਸੀਂ ਉਤਰੇ ਹਾਂ ਸਪੈਸ਼ਲ ਅਸੀਂ ਆਪਦੇ ਸੋਸ਼ਲ ਮੀਡੀਆ ਰਾਹੀਂ ਵੀ ਦਿਖਾਇਆ ਉਹਨਾਂ ਨੂੰ ਸ਼ੀਸ਼ਾ ਵੀ ਅਸੀਂ ਲੱਗੇ ਪਏ ਹਾਂ ਜੇ ਕੋਈ ਸਾਡਾ ਜਾਨ ਦਾ ਕੋਈ ਨੁਕਸਾਨ ਹੁੰਦਾ ਤਾਂ ਜਿਹੜਾ ਉਹ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੌਕੇ ਦੀ ਜਿਹੜੀ ਸਰਕਾਰ ਹੈ ਉਹ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਲਗਾਤਾਰ 4 ਦਿਨਾਂ ਤੋਂ ਉਹਨਾਂ ਨੂੰ ਇਹੀ ਬੇਨਤੀਆਂ ਕਰ ਰਹੇ ਸੀ ਭਾਈ ਵੀ ਜਿਹੜਾ ਪਾਣੀ ਬਹੁਤ ਜ਼ਿਆਦਾ ਹੈ ਸੈਫਨਾ ਨੇ ਨਹੀਂ ਲੰਘਾਉਣਾ ਉਹ ਪਾਣੀ ਇੰਨਾ ਪਾਣੀ ਡਿਸਚਾਰਜ ਨਹੀਂ ਹੋ ਸਕਦਾ ਵੀ ਸਾਨੂੰ ਮਸ਼ੀਨ ਮੁਹੱਈਆ ਕਰਾਵੇ ਪਰ ਉਹਨਾਂ ਦੀ ਕੰਨ ਤੇ ਜੂ ਨਹੀਂ ਸਰਕੀ ਲਗਾਤਾਰ ਮਸ਼ੀਨ ਆਉਂਦੀ ਕਦੋਂ ਹੈ ਮਸ਼ੀਨ ਆਉਂਦੀ ਹੈ ਜਿਸ ਰਾਤ 4:30 ਬੰਨ ਟੁੱਟਦਾ ਹੈ ਉਸ ਤੋਂ 2-3 ਘੰਟੇ ਪਹਿਲਾਂ ਜਿਹੜੀ ਉਹ ਮਸ਼ੀਨ ਆਉਂਦੀ ਹੈ ਇਹ ਅਸੀਂ ਉਦੋਂ ਵੀ ਵਾਰ ਵਾਰ ਕਹਿ ਰਹੀ ਸੀ ਵੀ ਮਸ਼ੀਨ ਆਊਗੀ ਆਊਗੀ ਜ਼ਰੂਰ ਆ ਪਰ ਆਊਗੀ ਉਦੋਂ ਜਦ ਬੰਨ ਟੁੱਟ ਗਿਆ ਪਰ ਚਲੋ 2-3 ਘੰਟੇ ਪਹਿਲਾਂ ਆਈ ਹੈ ਜਿਹੜੇ ਆਮ ਲੋਕ ਜੇ ਅਸੀਂ ਗੱਲ ਕਰਦੇ ਸਾਡੇ ਕੁਲਰੀਆਂ ਦੇ ਖੇਤਰ ਨਹਿਰੂ ਪਾਰ ਜਿੰਨੇ ਵੀ ਇਲਾਕਾ ਹੈ ਸਾਡਾ ਕਿਉਂਕਿ ਅਸੀਂ ਪਹਿਲਾਂ ਵੀ ਜਿਹੜੀ ਹੜ੍ਹਾਂ ਦੀ ਉਹ ਮਾਰ ਅਸੀਂ ਝੱਲ ਚੁੱਕੇ ਹਾਂ ਉਹ ਸਾਰੇ ਲੋਕ ਆਪਦੇ ਖਰਚੇ ਤੇ ਆਪਦੇ ਟਰੈਕਟਰ ਟਰਾਲੀਆਂ ਲੈ ਕੇ ਆਪਦਾ ਡੀਜ਼ਲ ਫੂਕ ਕੇ ਉੱਥੇ ਕੰਮ ਕਰਦੇ ਰਹੇ ਨੇ ਤੇ ਨਾਲ ਦੀ ਨਾਲ ਅਸੀਂ ਹੋਰ ਦੂਜੇ ਪਿੰਡਾਂ ਨੂੰ ਵੀ ਬੇਨਤੀਆਂ ਕਰਦੇ ਰਹੇ ਕੁੱਕਰ ਵਾਂਗੂ ਅਸੀਂ ਰੋ ਰੁਕੀ ਪਾਈ ਰੱਖੀ ਵੀ ਭਾਈ ਆ ਜਾਓ ਉਹਨਾਂ ਨੂੰ ਇਕੱਠੇ ਕਰਕੇ ਜਦੋਂ ਉਹ ਸਾਥੀ ਸਾਡੇ ਪਿੱਛੋਂ ਬੀਰੇ ਵਾਲੇ ਤੱਕ ਦੇ ਵੀ ਆ ਕੇ ਸਾਡੇ ਨਾਲ ਖੜ ਗਏ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਜਿਹੜਾ ਇਹ ਬੰਨ ਤੁਹਾਨੂੰ ਪਤਾ ਇੱਕ ਵਾਰ ਚਾਂਦਪੁਰ ਵਾਲੀ ਸਾਈਡ ਹੈ ਇੱਕ ਕਾਲੀ ਵਾਲੀ ਸਾਈਡ ਹੈ ਜਿਹੜਾ ਕਾਲੀ ਵਾਲੀ ਸਾਈਡ ਬੰਨ ਤੁਸੀਂ ਉਹ ਬਹੁਤ ਕਮਜ਼ੋਰ ਸੀ ਮੋਟਰਸਾਈਕਲ ਦਾ ਵੀ ਉੱਥੇ ਰਸਤਾ ਨਹੀਂ ਸੀ ਜਦੋਂ ਅਸੀਂ ਦੇਖਿਆ ਵੀ ਚਾਂਦਪੁਰ ਵਾਲਾ ਬੰਨ ਤਾਂ ਮਜ਼ਬੂਤ ਹੈ ਕਾਫੀ ਪਰ ਜਿਹੜਾ ਕਾਲੀ ਵਾਲਾ ਬੰਨ ਹੈ ਉਹ ਕਮਜ਼ੋਰ ਹੈ ਤੇ ਅਸੀਂ ਸਾਰਿਆਂ ਨੇ ਕਾਲੀ ਵਾਲੇ ਬੰਨ ਦੀ ਜਿਹੜੀ ਉਹ ਕਮਾਨ ਹੈ ਉਹ ਸੰਭਾਲੀ ਅਸੀਂ ਦਿਨ ਰਾਤ ਲੱਗ ਕੇ ਅਸੀਂ ਉਹ ਬੰਨ ਨੂੰ ਮਜ਼ਬੂਤ ਕੀਤਾ ਪਤਾ ਨਹੀਂ ਕਿੰਨੇ ਕੁ ਤਾਂ ਉੱਥੇ ਟਰੈਕਟਰ ਆ ਕੇ ਕਿੰਨਾ ਕੁ ਪਿੰਡਾਂ 'ਚੋਂ ਆ ਗਏ ਕਿੰਨਾ ਕੁ ਉੱਥੇ ਤੇਲ ਮੱਚ ਗਿਆ ਕਿੱਥੋਂ ਕਿੱਥੋਂ ਪਤਾ ਨਹੀਂ ਲੰਗਰ ਆ ਗਿਆ ਸੋ ਦਿਨ ਰਾਤ ਲੱਗ ਕੇ ਉਹ ਬੰਨ ਮਜ਼ਬੂਤ ਕੀਤਾ ਅਸੀਂ ਅਤੇ ਉਹ ਬੰਨ ਟੁੱਟਣ ਨਹੀਂ ਦਿੱਤਾ ਆਖਰ ਤੱਕ ਵੀ ਪਰ ਚਲੋ ਚਾਂਦਪੁਰ ਵਾਲਾ ਬੰਨ ਜਿਵੇਂ ਵੀ ਘਟਨਾ ਵਾਪਰ ਗਈ ਉਹ ਟੁੱਟ ਗਿਆ ਉਹ ਬੰਦ ਕੀਤਾ ਜਾ ਸਕਦਾ ਸੀ ਨਾ ਸਾਡੇ ਕੋਲ ਸਾਧਨ ਨਹੀਂ ਸੀ ਉਹ ਪ੍ਰਸ਼ਾਸਨ ਜਿਹੜੇ ਮੁਹੱਈਆ ਕਰਾਉਣੇ ਚਾਹੀਦੇ ਸੀ ਜਿਹੜੇ ਜਾਲ ਵਗੈਰਾ ਨਾਲ ਹੁਣ ਬੰਨ ਬੰਦ ਕੀਤੇ ਜਾ ਰਹੇ ਨੇ ਬਲੌਕ ਬਣਾ ਬਣਾ ਕੇ ਗੱਟਿਆਂ ਦੇ ਹੁਣ ਸੁੱਟੇ ਜਾ ਰਹੇ ਨੇ ਉਹ ਉਦੋਂ ਚਾਹੀਦੇ ਸੀ ਸਾਡੇ ਕੋਲ ਉਦੋਂ ਅਸੀਂ ਸੁੱਟਦੇ ਉਦੋਂ ਤਾਂ ਸਾਡੇ ਲਈ ਕੋਈ ਸਿਸਟਮ ਹੀ ਨਹੀਂ ਸੀ ਵੀ ਅਸੀਂ ਰੋਕੀ ਤਾਂ ਰੋਕੀ ਕਾਹਦੇ ਨਾਲ ਜਿਹੜੇ ਸਾਡੇ ਲਵੇ ਸਾਧਨ ਸੀ ਕੋਈ ਗੱਟੇ ਸੀ ਕੋਈ ਟਰੈਕਟਰ ਸੀ ਟਰਾਲੀ ਸੀ ਜੇ ਬੰਨ ਨਹੀਂ ਟੁੱਟਦਾ ਫਿਰ ਹਰਿਆਣੇ ਦੇ ਪਿੰਡ ਡੁੱਬਦੇ ਨੇ ਜਿਹੜੇ ਬੰਨ ਉਹਦਾ ਕੀ ਹੱਲ ਹੈ ਜਿਹੜਾ ਬੰਨ ਹੈ ਹੁਣ ਸੀਗਾ 17 ਫੁੱਟ ਦੇ ਪਾਣੀ ਜਿਵੇਂ ਬਾਈ ਨੇ ਦੱਸਿਆ ਵੀ 27 ਫੁੱਟ ਤੱਕ ਵੀ ਅਸੀਂ ਪਾਣੀ ਸਾਂਭੇ ਅਤੇ ਕੋਈ ਪਿੰਡ 'ਚ ਡੁੱਬਿਆ ਨਹੀਂ ਉਸ ਸਮੇਂ ਵੀ ਕਿਉਂਕਿ ਸਾਧਨ ਵਾਸਤੇ ਤਲਵਾੜੀ ਹੈ ਇਹ ਖੇਤਾਂ 'ਚ ਪਾਣੀ ਬੇਸ਼ੱਕ ਸੀਗਾ ਪਰ ਪਿੰਡ 'ਚ ਪਾਣੀ ਨਹੀਂ ਸੀਗਾ ਜੇ ਬੰਨ ਨਾ ਟੁੱਟਦਾ ਫਿਰ ਤਾਂ ਪਿੰਡ 'ਚ ਵੜਦਾ ਬੇਸ਼ੱਕ ਵੜਦਾ ਕਿਉਂਕਿ ਦੂਰ ਤੱਕ ਜਾਂਦਾ ਦੇਖੋ ਇਹ 'ਚ ਨਾ ਸੁੱਖੀ ਦੋ ਗੱਲਾਂ ਨੇ ਹਰਿਆਣੇ ਦੇ ਐਂਗਲ ਤੋਂ ਤਾਂ ਇਹ ਜਾਇਜ਼ ਹੋ ਗਿਆ ਦੋਹੇ ਗੱਲਾਂ ਨੇ ਸੁੱਖੀ ਠੀਕ ਹੈ ਉਹ ਵੀ ਆਪਦੀ ਜਗ੍ਹਾ ਸਹੀ ਨੇ ਆਪਾਂ ਵੀ ਆਪਦੀ ਜਗ੍ਹਾ ਸਹੀ ਹਾਂ ਆਪਦੋ ਆਪਦੇ ਪੱਖ ਨੇ ਇਹ ਬਸ ਕਿਤੇ ਨਾ ਕਿਤੇ ਆ ਕੇ ਆਪਣਾ ਮਤਲਬ ਵੀ ਇੱਥੇ ਟਕਰਾਅ ਹੋ ਜਾਂਦਾ ਆਪਾਂ ਵੀ ਨਹੀਂ ਚਾਹੁੰਦੇ ਉਹ ਵੀ ਆਪਣੀ ਪਰਵਾਹ ਨਹੀਂ ਹਨਾ ਵੀ ਉਹ ਵੀ ਡੁੱਬਣ
असल च तो असं चाहते हाँ देखो मैं थोड़ा दसा सी 95 की खबर जी हम सोशल मीडिया अपनी काफ़ी वायरल हो रही है ओदे विच भी ना आप इन्होंने बार बार आप जी भी उदो संस्था से जो लोग जुड़े से उ मंग रखते भी जब ये जो साइफन ने जो गेट ने 21 गेट ने उन्हें गेटा की गिणती बधाई जाए या फिर उन्होंने जी चढ़ाई है वह बधाई जाए जो जो पानी है वह डिस्चार्ज हो जाए क्योंकि हूँ भी ला लो भाखड़ा च पानी खनौरी तो पैना शुरू हो गया से भाखड़ा च पानी कदे पिया नहीं भाखड़ा लीक भी होने लग गई थी भी अजिहा खतरा ना बने कोई सरकार यह जहाँ उपराला करावे गेटा की गिणती बधावे जां गेटा की चढ़ाई बधावे कोई जहाँ कुछ जो उपराले सरकार को करने चाहिए ने रंगोई बनाई गई है पानी बाईपास किया गया तलवाड़े लो जिथो जिथो भी पानी बाईपास किया है घग्गर का मैं देखिए भी उन्होंने डिजाइन है जो यही डिजाइन है सरकार वास्ते हम चाहे तो हरियाणे के पिंड डुबदे है जां पंजाब दे डुबदे है सारे अपने है क्योंकि दुख सुख दे सीरी है सारे एक दूजे दे सरकार क्यों नहीं कोई ऐसा प्रोजेक्ट बनाउंदी जिहदे नाल क्योंकि अंतरिक नदी है यह जिहड़ी घग्गर है अंतरिक नदियां उह हुंदियां जिहड़ियां बरसाती मौसम दे विच चलदियां सरकार कोई ऐसा प्रोजेक्ट क्यों नहीं बना सकती हैगी जिहड़ा कोई डैम वगैरह बनाया जाए जिहड़ा यह पानी लोगों का नुकसान करता हैगा इहनूं लोग सिंचाई वास्ते वरतण कोई बिजली प्रोजेक्ट है जिहड़े उह भी लग सकते हैं भावें छोटे पद्धर ते लगन हुण कई साथी ये भी कहणगे भी ये 12 महीने 30 दिन नहीं चलती हैगी ठीक है नहीं चलती पर जिथों ये निकलती है पहाड़ी एरिए दे विच पहाड़ां दे पैरां च कोई ऐसा छोटा प्रोजेक्ट भी बनाया जा सकता है जिन्ना कि पानी है उन्ना क वरतों च लियाइए नुकसान तो ना करे ये साडे वास्ते साडे इलाके वास्ते जिथों घग्गर स्टार्ट हुंदी है ते जिथे तक जाती है ये साडे वास्ते ये कोड़ है वो इस करके है क्योंकि जो बरसातों का मौसम होंगे यदा पानी सानू रोक दिंदा साडियां फसलां मार दिंदा साडा जानी नुकसान भी करदा जदों इहदे विच बरसातों का पानी नहीं हुंदा उदों जिहड़े पिछे डेरावसी साइड दियां जिहड़ियां फैक्ट्रियां का गंद है वो सारा घग्गर राही बह के आउंदा हैगा साडे सारे इलाके दे विच बहुत भयानक बीमारियां जिहड़ियां घग्गर दे पानी करके लोगों नूं लगियां हुई हैं सरकार ने कदे उहदे वास्ते भी ध्यान नहीं दित्ता हैगा क्यों नहीं केंद्र सरकार जां सूबियां दियां सरकारां इस चीज़ के टैसट करवाउंदियां कि घग्गर दे विच आ रहा जिहड़ा गंद है उहदे नाल लोकां दे विच किन्नियां भयानक बीमारियां फैल रहियां ने वैसे तो नुकसान सैकड़े पिंडां दा होया ये चंदपुरा बन टुटण दे नाल पर जदों असीं कुलरियां दी गल करदे हां तां 2017 दे विच जदों आम आदमी पार्टी दे उल्ट हवा सीगी उदों भी कुलरियां दी वोटां दी पेटी ने ब्लड शीट जिताती सी जदों जी 22 की गल करदे आ फिर भी कुलरियां केंद्र बिंदू रहा लोग सभा च भी केंद्र बिंदू कुलरियां रहिंदा क्योंकि वड्डा पिंड हैगा थोनू जो तुसीं पानी कढ रहे हो जां तुसीं हुण तक बन पक्का करन वास्ते इधर उधर मिट्टी के गट्टे भरन वास्ते खेतों चों मिट्टी लिआउण वास्ते लख रुपए का डीजल फूकिया थोन तो चक चुक आ गए होने पिंड कुलरियां आए भी चुको लख रुपया भाई 5-4 लख रुपये तुसीं तेल फूको 1 रुपया सानूं सरकार वल्लों नहीं आया हाँ 1 रुपया सरकार वल्लों नहीं आया सानूं ना तो कोई डीजल वास्ते ना को होर किसी किस्म की सहायता ਜਿਹੜਾ ਆਪਣੇ ਖੇਤਾਂ ਦੇ ਵਿੱਚ ਤੁਸੀਂ ਦਿਖਾਇਆ ਜਿਹੜਾ ਪਾਣੀ ਆਪਾਂ ਕੱਢਣ ਲੱਗ ਰਹੇ ਹਾਂ ਇਹਦੀ ਵੀ ਹਰ ਰੋਜ਼ ਕੋਈ ਨਾ ਕੋਈ 9-9 ਇੰਚੀ ਸੂੰਡ ਕੇ ਨਹੀਂ ਕੋਈ ਸੂੰਡ ਕਾ ਟੁੱਟ ਜਾਂਦਾ ਕਦੇ ਕਿਸੇ ਤਾਰ ਦੀ ਲੋੜ ਪੈਂਦੀ ਹੈ ਕਦੇ ਕੋਈ ਮੋਟਰ ਸੜ ਜਾਂਦੀ ਹੈ ਸਾਰਾ ਕੁੱਲ ਖਰਚਾ ਜਿਹੜਾ ਅਸੀਂ ਆਪਦੇ ਪੱਲੋਂ ਲੱਗ ਰਹੇ ਹਾਂ ਕਰਨ ਬਿਲਕੁਲ ਵੀ 1 ਰੁਪਏ ਦੀ ਜਿਹੜੀ ਮਾਲੀ ਹੈ ਮਦਦ ਉਹ ਨਹੀਂ ਮਿਲੀ ਨਾ ਸੂਏ ਤੋਰਾਂ ਦਾ ਪਾਣੀ ਹੈ ਸਾਰਾ ਤੁਸੀਂ ਆਪਦੇ ਆਪ ਨਿਬੇੜ ਲੱਗ ਰਹੇ ਹੋ ਕੱਲੀ ਅਸੀਂ ਨਹੀਂ ਜਿੱਥੇ ਜਿੱਥੇ ਵੀ ਕੁੱਲਰੀਆਂ ਦੇ ਨਿਮਾਣ ਦੇ ਖੇਤ ਨੇ ਹਰੇਕ ਬੰਦਾ ਆਪਦੇ ਪੱਲੋਂ ਜਿਹੜਾ ਉਹ ਤੇਲ ਫੂਕਣ ਲੱਗ ਰਿਹਾ ਪਹਿਲਾਂ ਬੰਨ ਤੇ ਵੀ ਆਪਦੇ ਪੱਲੋਂ ਫੂਕੇ ਨੇ ਟੈਂਕੀਆਂ ਦੀਆਂ ਟੈਂਕੀਆਂ ਤੇਲ ਦੀਆਂ ਲੋਕਾਂ ਨੇ ਕੋਈ ਕਮੇਟੀ ਨਹੀਂ ਕਿਸੇ ਲਈ ਕੋਈ ਰੁਪਈਆ ਨਹੀਂ ਸਾਰਾ ਜਿਹਦਾ ਜਿਸਦਾ ਟਰੈਕਟਰ ਵੱਗ ਗਿਆ 2 ਦਿਨ ਚੱਲਿਆ 3 ਦਿਨ ਚੱਲਿਆ ਉਹਨਾਂ ਨੇ ਪੱਲੋਂ ਤੇਲ ਫੂਕਿਆ ਅਤੇ ਜਿੱਥੇ ਜਿੱਥੇ ਹੁਣ ਵੀ ਚੱਲਣ ਲੱਗ ਰਿਹਾ ਉਹ ਵੀ ਪੱਲੋਂ ਤੇਲ ਫੂਕਣ ਲੱਗ ਰਹੇ ਨੇ ਇਸ ਵਕਤ ਸੋ ਸਰਕਾਰ ਵੱਲੋਂ ਕੋਈ ਚੈੱਕ ਨਹੀਂ ਤਾਂ ਛੱਡੋ 1 ਰੁਪਈਆ ਨਹੀਂ ਮਿਲਿਆ ਆਪਾਂ ਤੁਹਾਡੇ ਕੋਲ ਚਾਂਦਪੁਰਾ ਬੰਨ ਟੁੱਟਣ ਤੋਂ ਬਾਅਦ ਹੁਣ ਜਦੋਂ ਪਾਣੀ ਕੱਢ ਰਹੇ ਹੋਗੇ ਖੇਤਾਂ 'ਚ ਕੋਈ ਬਦਲਾਅ ਦਾ ਲੀਡਰ ਆਇਆ ਵੀ ਆ ਤੁਹਾਨੂੰ ਕਹਿਣ ਵਾਸਤੇ ਹੀ ਫਿਕਰ ਨਾ ਕਰੋ ਮੈਂ ਤੁਹਾਨੂੰ ਚੈੱਕ ਦਵਾਉਂਗਾ ਬਿਲਕੁਲ ਨਹੀਂ ਆਇਆ ਕੋਈ ਨਹੀਂ ਆਇਆ ਕਿਉਂ ਸਮਰਜੀਤ ਕੋਈ ਨਹੀਂ ਆਇਆ ਜੀ ਜਿਵੇਂ ਇਹ ਸਰਕਾਰ ਕਹਿੰਦੀ ਹੈ ਵੀ ਅਸੀਂ ਸੱਥਾਂ 'ਚੋਂ ਚੱਲਦੀ ਹੈ ਸਰਕਾਰ ਆ ਅਸੀਂ ਕਹਿੰਦੇ ਹਾਂ ਸੱਥਾਂ 'ਚ ਤਾਂ ਛੱਡੋ ਹੁਣ ਸਾਡੇ ਖੇਤਾਂ 'ਚ ਆ ਜਾਓ ਇੱਥੇ ਸਾਡੀ ਆ ਕੇ ਸੁਣ ਲਓ ਬਾਤ ਠੀਕ ਹੈ ਕੋਈ ਬੱਚਾ ਨਹੀਂ ਆਇਆ ਇੱਥੇ ਵਾਰ ਵਾਰ ਅਸੀਂ ਫੋਨ ਕਰਕੇ ਸਪੈਸ਼ਲ ਧਿਆਨ 'ਚ ਵੀ ਲਿਆਉਂਦੇ ਹਾਂ ਵੀ ਭਾਈ ਆ ਜਾਓ ਹੁਣ ਉਹ ਬੰਨ 'ਤੇ ਚਲੇ ਜਾਂਦੇ ਨੇ ਬੰਨ 'ਤੇ ਚਲੋ ਕੰਮ ਚੱਲ ਰਿਹਾ ਹੁਣ ਲੋੜ ਤਾਂ ਕਿਸਾਨਾਂ ਦੀ ਬਾਂਹ ਫੜਦੀ ਹੈ ਜਿਹੜੇ ਇੱਥੇ ਸੰਘਰਸ਼ ਲੜ ਰਹੇ ਨੇ ਹੜਦੀ ਜੰਗ ਤਾਂ ਸਾਡੀ ਇੱਥੇ ਲੱਗੀ ਹੋਈ ਹੈ ਇੱਥੇ ਕੋਈ ਨਹੀਂ ਆ ਰਿਹਾ ਹਾਲਾਤ ਤੁਸੀਂ ਦੇਖੋ ਵੀ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਕਿੰਨਾ ਪਾਣੀ ਹੈ ਖੇਤਾਂ 'ਚ ਜੇ ਪਾਣੀ
दस दिन तक निकलन दे कोई आसार नहीं है भी किसान यह पानी है जो दस दिन कढ के अपने खेत खाली कर देंगे उदू बाद देखो कि झोने का सीजन ही नहीं रहना है पी आर 126 है लास्ट किस्म है जी भी यह नहीं है भी अज तो 15 दिन बाद आप भी बुआई कर देंगे वो लग जूगी उस बाद उत्तों मौसम बरसातों का सितंबर तक बारिशें जड़िया वह होंदिया यह भी सानू डर बनया हुआ भी बाद भी पानी आ सकता है बाद भी पानी है जिहड़ा साडे खेतों का नुकसान कर सकता है तो डर लगता है कि साडी कणक की बिजाई है जिहड़ी वो भी ना रह जाए एक तो फसलां नुकसान होया होर कि नुकसान ने जिहड़े इन्हां नूं लगता हुण मैनूं लगता पिछलियां सरकारां वांगू जिहड़े हिसाब नाल चल रहे ने भी 15 अगस्त तक अल्टीमेट दिता जी जाके गरदौवरियां करो स्पैशल जाके उदों तुहानूं मुआवजा देवांगे नुकसान तो जो बोरा के होर भी होए हो खेतों जेड़े तो हो गए जी का घर डिग गया जी का जानी नुकसान हो गया कोई कोठा डिग गया हाँ। फसल मर गई ये नुकसान तो हो गए जेडे आने वाले समय से नुकसान होर भी बहुत होने ने जिन्ना जिन्ना बोर च कि पानी डिगया होया हूँ इन्ना इन्ना लख लख पानी असं गए भी नहीं उत्थे हूँ पता नहीं किन्ने का बोर जे टुटने ने नुकसान तो हजे चली जा रहा है हूँ जिस किसी की 10 किले फसल मर गई जै 1 किला मर गया चलो अगे बिजाई भी नहीं होंगी ता भी सबर कर लिया ਉਹਨੂੰ ਜਿਹੜਾ ਬੋਰ ਟੁੱਟ ਗਿਆ ਉਹਦਾ 2-2.5 ਲੱਖ ਦਾ ਉਹਦਾ ਹੋਰ ਵੀ ਨੁਕਸਾਨ ਹੋਊਗਾ ਕਿਤੇ ਜਿਹੜੇ ਨੇੜੇ ਪਾਟੇ ਹੋਏ ਨੇ ਜਿੰਨਾ ਆਪਾਂ ਚੰਦਪੁਰ ਵਾਲੇ ਬੰਨ 'ਤੇ ਕਹਿੰਦੇ ਟੋਏ ਪਾਟੇ ਹੋਏ ਨੇ ਸੋ ਆਪਣੇ ਉਰੇ ਕੁੱਲਰੀਏ ਭਾਵੇ ਜਿਹੜੇ ਪਾੜ ਪਏ ਹੋਏ ਨੇ ਜਿਹਨਾਂ ਦੀ 1-1 ਏਕੜ 'ਤੇ 2-2 ਲੱਖ ਰੁਪਏ ਉਹਨਾਂ ਨੂੰ ਪਾੜਾਂ ਨੂੰ ਭਰਨ 'ਤੇ ਲੱਗੂਗਾ ਕਿਸਾਨਾਂ ਦਾ ਸੋ ਹੋਰ ਵੀ ਬਹੁਤ ਮਾਰਾ ਨੇ ਸਰਕਾਰ ਸਰਹੱਦ ਹੈ ਨਹੀਂ ਇਸ ਮਾਮਲੇ 'ਚ ਜਦੋਂ ਮੰਨ ਲਓ ਹੁਣ ਫਲੱਡ ਦਾ ਪਾਣੀ ਹੈ ਜਿਹੜਾ ਬੋਰਾਂ ਰਾਹੀਂ ਥੱਲੇ ਜਾ ਰਿਹਾ ਹੈ ਪਾਣੀ ਆ ਗਿਆ ਉਹ ਬੋਰ ਕੋਈ ਢੱਕੇ ਸੀ ਕੋਈ ਨਹੀਂ ਪਾਣੀ ਸਾਈਡ ਤੋਂ ਗਿਆ ਜਾਂ ਬੋਰ ਦੇ ਰਾਹੀਂ ਗਿਆ ਜਦੋਂ ਕਿਸਾਨ ਉਹ ਬੋਰ ਨੂੰ ਚਾਲੂ ਕਰਨਗੇ ਨਾ ਤੁਸੀਂ ਇਹ ਦੇਖਿਓ ਵੀ ਕਿੰਨਾ ਪ੍ਰੈਸ਼ਰ ਥੱਲੇ ਕਿੰਨਾ ਦਬਾਅ ਬਣਿਆ ਹੋਊਗਾ ਅਤੇ ਉਹ ਜਿਹੜੀਆਂ ਡਰਾਈਵਰੀਆਂ ਵਗੈਰਾ ਮੋਟਰ ਵਗੈਰਾ ਕਿੰਨਾ ਭਾਰ ਹੁੰਦਾ ਉਹ ਬਾਹਰ ਕੱਢ ਕੇ ਮਾਰਦਾ ਪਾਣੀ ਇਹੋ ਜਿਹੀਆਂ ਸਥਿਤੀਆਂ ਵੀ ਇੱਥੇ ਪੈਦਾ ਹੋ ਜਾਂਦੀਆਂ ਅਤੇ ਬਾਕੀ ਸਹਿਯੋਗ ਤਾਂ ਹੁਣ ਲੋਕਾਂ ਦਾ ਸਹਿਯੋਗ ਕਰ ਰਹੇ ਹੈ ਇਹ ਲੋਕਾਂ ਦੀ ਮੈਂ ਕਹਿੰਦਾ ਅਸੀਂ ਸਮਝਦੇ ਹਾਂ ਵੀ ਸਾਡੀ ਹੁਣੀ ਇਹ ਬਣ ਚੁੱਕੀ ਹੈਗੀ ਸਰਕਾਰਾਂ ਬਦਲਣ ਨਾਲ ਚਿਹਰੇ ਬਦਲਣ ਨਾਲ ਕੁਛ ਨਹੀਂ ਹੁੰਦਾ ਹੈਗਾ ਜਿੰਨਾ ਜਦੋਂ ਤੱਕ ਜਿਹੜਾ ਸਿਸਟਮ ਹੈ ਉਹ ਨਹੀਂ ਬਦਲਿਆ ਜਾਂਦਾ ਇੱਕ ਤਬਕਾ ਉਹ ਵੀ ਹੈਗਾ ਜਿਹੜਾ ਕਹਿੰਦਾ ਹੈ ਵੀ ਯਾਰ ਜਿਹੜੇ ਆ ਲੋਕ ਆਗੂ ਨੇ ਜਾਂ ਕਿਸਾਨ ਆਗੂ ਨੇ ਵੀ ਇਹਨਾਂ ਨੂੰ ਤਾਂ ਬਸ ਆਦਤ ਪੈ ਗਈ ਫਸਲ ਮਰ ਜਾਵੇ ਤਾਂ ਮੁਆਵਜ਼ਾ ਮਿਲ ਜਾਂਦਾ ਵੀ ਜੇ ਕੋਈ ਨੁਕਸਾਨ ਹੋ ਜਾਵੇ ਮਾੜਾ ਮੋਟਾ ਨਾ ਤਾਂ ਮੁਆਵਜ਼ਾ ਮੰਗਦੇ ਨੇ ਵੀ ਤਾਂ ਧਰਨੇ 'ਤੇ ਬੈਠ ਬੈਠ ਪਿੱਛੇ ਤੁਸੀਂ ਬਿਆਨ ਵੀ ਸੁਣਿਆ ਹੋਊਗਾ ਮੁੱਖ ਮੰਤਰੀ ਸਾਹਿਬ ਦਾ ਵੀ ਪਹਿਲਾਂ ਵਜ੍ਹਾ ਦੇਖ ਕੇ ਧਰਨੇ ਲੱਗਦੇ ਸੀ ਵੀ ਹੁਣ ਜਗ੍ਹਾ ਦੇਖ ਕੇ ਧਰਨੇ ਲੱਗਦੇ ਨੇ ਜਿਹੜੇ ਸਿਆਸਤਦਾਨ ਹੈ ਨਾ ਉਹ ਆਪਦੀ ਸਹੂਲੀਅਤ ਮੁਤਾਬਕ ਆਪਣੇ ਬਿਆਨ ਹੈ ਜਿਹੜੇ ਉਹ ਬਦਲ ਲੈਂਦੇ ਹੈ ਵਿਰੋਧੀ ਧਿਰ 'ਚ ਹੁੰਦੇ ਆ ਉਹ ਕੁਛ ਹੋਰ ਕਹਿੰਦੇ ਹੈ ਜਦੋਂ ਉਹ ਸੱਤਾ ਦੇ ਵਿੱਚ ਆ ਜਾਂਦੇ ਆ ਅਤੇ ਉਦੋਂ ਕੁਛ ਹੋਰ ਬਦਲ ਜਾਂਦੇ ਆ ਭਾਰਤ ਦੇ ਤਕਰੀਬਨ ਸਾਰੇ ਸਿਆਸਤਦਾਨ ਹੈ ਇਹਨਾਂ ਦਾ ਦੋਹਰਾ ਚਿਹਰਾ ਅਤੇ ਚਰਿੱਤਰ ਹੈਗਾ ਇਹ ਜਦੋਂ ਸੱਤਾ 'ਚ ਹੁੰਦੇ ਆ ਹੋਰ ਬਦਲਦੇ ਆ ਹੋਰ ਬਿਆਨ ਦਿੰਦੇ ਹੈ ਅਤੇ ਜਦੋਂ ਵਿਰੋਧੀ ਧਿਰ 'ਚ ਹੁੰਦੇ ਆ ਉਦੋਂ ਕੁਛ ਹੋਰ ਕਹਿੰਦੇ ਆ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਬਿਆਨ ਪਹਿਲਾਂ ਵੀ ਦਿੱਤਾ ਸੀ ਜਦੋਂ ਸਾਡੀ ਗੜੇਮਾਰੀ ਨਾਲ ਕਣਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਉਹ ਕਹਿੰਦੇ ਸੀ ਵੀ ਅਸੀਂ ਜਿਹੜਾ ਮੁਆਵਜ਼ਾ 15 ਅਪ੍ਰੈਲ ਤੋਂ ਪਹਿਲਾਂ ਵਿਸਾਖੀ ਤੁਸੀਂ ਇਹਨਾਂ ਪੈਸਿਆਂ ਨਾਲ ਦੇਖਿਓ ਜਦੋਂ ਵਿਰੋਧੀ ਧਿਰ 'ਚ ਹੁੰਦੇ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਯਾਰ ਗਰਦੌਰੀਆਂ ਕਰਨ ਦੀ ਕੀ ਲੋੜ ਹੈ ਤੁਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮੁਆਵਜ਼ਾ ਪਾਓ ਪਰ ਗਰਦੌਰੀਆਂ ਬਾਅਦ 'ਚ ਹੁੰਦੀਆਂ ਰਹਿਣਗੀਆਂ ਗਰਦੌਰੀਆਂ ਬਾਅਦ 'ਚ ਹੋਣਗੀਆਂ ਪਰ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸੀਐਮ ਸਾਹਿਬ ਤੁਸੀਂ ਆਪਣੇ ਬਿਆਨ ਹੈ ਜਿਹੜੇ ਉਹਨਾਂ 'ਤੇ ਪੂਰੇ ਉਤਰੋ ਤੁਸੀਂ ਮੁਆਵਜ਼ਾ ਕਹਿੰਦੇ ਸੀ ਕਿ ਗਰਦੌਰੀਆਂ ਤੋਂ ਪਹਿਲਾਂ ਹੀ ਦੇ ਦਾਂਗੇ ਗਰਦੌਰੀਆਂ ਬਾਅਦ 'ਚ ਕਰਵਾਵਾਂਗੇ ਪਰ ਅੱਜ ਸਾਡੇ ਲੋਕਾਂ ਦੇ ਹਾਲਾਤ ਦੇਖੋ ਆ ਕੇ ਝੋਨੇ ਦੀ ਜਿਹੜੀ ਪਨੀਰੀ ਹੈ ਕਿਸਾਨਾਂ ਨੂੰ ਉਹ ਮੁੱਲ ਮਿਲ ਰਹੀ ਹੈ ਅਤੇ ਜਿਹੜਾ ਪਾਣੀ ਕੱਢਣ ਵਾਸਤੇ ਖਰਚਾ ਹੋ ਰਿਹਾ ਉਹ ਅੱਜ ਤੱਕ ਜਿਹੜਾ ਕਿਸਾਨਾਂ ਦਾ ਮੈਂ ਆਪਦੇ ਹਿਸਾਬ ਨਾਲ ਦੇਖਦਾ ਕਿ 25-25-30 ਹਜ਼ਾਰ ਰੁਪਈਆ ਕਿਸਾਨਾਂ ਨੇ ਖਰਚਾ ਕਰ ਰੱਖਿਆ ਹੈਗਾ ਅਤੇ ਪਰ ਮੁੱਖ ਮੰਤਰੀ ਸਾਹਿਬ ਬਿਆਨ ਦਿੰਦੇ ਹੈ ਅਤੇ ਮੁਆਵਜ਼ਾ ਕਦੋਂ ਦੇਣਗੇ ਉਹ ਸਮਝ ਨਹੀਂ ਆਉਂਦੀ ਹੈਗੀ ਦੇਣਗੇ ਵੀ ਜਾਂ ਨਹੀਂ ਮੈਨੂੰ ਤਾਂ ਕੋਈ ਆਸ ਲੱਗਦੀ ਨਹੀਂ ਹੁਣ ਇੱਕ ਬਿਆਨ ਆਇਆ ਮੈਂ ਤਾਜ਼ੀ ਸੁਣ ਕੇ ਆਇਆ ਵੀ ਅਸੀਂ ਤਾਂ ਜੀ ਤੁਹਾਡੀ ਮੁਰਗੀ ਮਰੀ ਦਾ ਮੁਆਵਜ਼ਾ ਵੀ ਦੇਵਾਂਗੇ ਜਿਹੜਾ ਸਿਸਟਮ ਹੁਣ ਅਪਣਾਇਆ ਜਾ ਰਿਹਾ ਇਹ ਤਾਂ ਪਹਿਲਾਂ ਹੀ ਪਾਰਟੀਆਂ ਅਪਣਾਉਂਦੀਆਂ ਸੀ ਤੁਹਾਨੂੰ ਕੀ ਲੱਗਦਾ ਵੀ ਐਂ ਹੋਣਾ ਚਾਹੀਦਾ ਯਾਰ ਵੀ ਐਂ ਹੋਣਾ ਚਾਹੀਦਾ ਸੀ ਬਾਜ਼ਾਰ ਦੇ ਵਿੱਚ ਦੇਖੋ ਪੰਜਾਬ ਦੇ ਲੋਕਾਂ ਨੇ ਨਾ ਇੱਕ ਬੜੀ ਵੱਡੀ ਆਸ ਮੁੱਖ ਮੰਤਰੀ ਸਾਹਿਬ ਤੋਂ ਰੱਖੀ ਸੀ ਭਗਵੰਤ ਮਾਨ ਤੋਂ ਜਿਹੜੇ ਹੁਣ ਸਾਡੇ ਮੌਜੂਦਾ ਮੁੱਖ ਮੰਤਰੀ ਹੈ ਲੋਕ ਪਿਛਲੇ ਸਿਸਟਮ ਤੋਂ ਅਤੇ ਪਿਛਲੇ ਸਿਆਸਤਦਾਨਾਂ ਤੋਂ ਅੱਕੇ ਹੋਏ ਸੀ ਅਤੇ ਇੱਕ ਨਵੇਂ ਦੀ ਆਸ 'ਚ ਬਦਲਾਅ ਦੀ ਆਸ 'ਚ ਲੋਕਾਂ ਨੇ ਬਹੁਤ ਵੱਡੇ ਪੱਧਰ 'ਤੇ ਵੋਟਾਂ ਸੀ ਜਿਹੜੀਆਂ ਭਗਵੰਤ ਮਾਨ ਦੇ ਮੂੰਹ ਨੂੰ ਪਾਈਆਂ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਬਣੂਗਾ ਸਾਡੇ ਆਮ ਘਰਾਂ ਦਾ ਜਵਾਕ ਹੈ ਆਮ ਘਰਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਉਹਨਾਂ ਨੂੰ ਸਮਝਦਾ ਅਤੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਸਮਾਧਾਨ ਵੀ ਕਰੂਗਾ ਉਹਨਾਂ ਸਮੱਸਿਆਵਾਂ ਨੂੰ ਇਹ ਦੂਰ ਵੀ ਕਰੂਗਾ
पर मेरे ख्याल च जिन्ना उन्होंने निराश किया है लोगों को शायद किसी ने भी नहीं किया होना। अज साडे मानयोग मुख्यमंत्री साहब मुर्गी ते बकरी तक के मुआवजे की गल करते हैं पर सानू ये नहीं पता कि देंगे कदों। साडे चीमा साहब मानयोग खजाना मंत्री है जिहड़े वो बयान देंदे है कल कि असी केंद्र सरकार तो फंड वगैरह मंग रहे हैं मुआवजे वास्ते, तो साडे मुख्यमंत्री साहब एक जनतक इकट्ठ दे विच वो कहिंदे है कि सानू केंद्र तो मंगण की लोड़ नहीं। असी सीएम साहब नूं यही बेनती हथ बन के करते हैं कि सीएम साहब सानू नहीं पता जिथों मर्जी लेके आओ काले चोर तो लेके आओ पर साडे किसानां दे दुखां ते मलहम जरूर ला दो क्योंकि किसान है जिहड़ा साडा मजदूर है जिहड़ा साडे जिहड़े छोटे दुकानदार है मरे पए है। इस फ्लड ने साडियां जिंदगियां आर्थिक तौर पर भी समाजिक तौर पर भी अस्त व्यस्त करके रखतियां। जे इन्हां दी तुसीं बाह ना फड़ी तां थोड़े च ते पहलां वालियां च कोई फर्क नहीं रह जूगा। तुहानू की लगता है कि यार हुण जिहड़े हिसाब नाल गरदौरियां होणगियां गरदौरियां फसलां दीआं होणगियां जिहड़ी गल तुसीं मोटरां दी करी आ वी मोटरां जदों चलणगियां तुहानू की लगता है कि मुढले रूप दे विच ਜਿਹੜਾ ਉਹਨੂੰ ਕਿਸਾਨ ਤਾਂ ਬਾਅਦ 'ਚ ਦੇਖਣਗੇ ਮਤਲਬ ਇਹ ਹੁਣ ਤੁਰੰਤ ਮੌਜ, ਤੁਹਾਨੂੰ ਕੀ ਲੱਗਦਾ ਕਿੱਲੇ ਦਾ ਘੱਟੋ ਘੱਟ ਵੀ ਆਹ ਏਕੜ ਜਿਵੇਂ ਹੋਣਾ ਚਾਹੀਦਾ ਅਤੇ ਜਿਹੜੇ ਘਰ ਡਿੱਗੇ ਨੇ ਉਹਨਾਂ ਦਾ ਕੀ ਕਰਨਾ ਚਾਹੀਦਾ? ਜਿਹੜਾ ਕੁਛ ਅਸਲ ਦੇ ਵਿੱਚ ਪਹਿਲਾਂ ਹੁੰਦਾ ਰਿਹਾ ਜਿਹੜਾ ਇਹ ਮਾਲ ਵਿਭਾਗ ਹੈ ਨਾ ਇਹ ਬੜਾ ਖਤਰਨਾਕ ਹੈ ਕਿਸਾਨ ਖਾਤਰ। ਅਸੀਂ ਦੇਖਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਜਿਹਦੀ ਤਾਂ ਫਸਲ ਡੁੱਬ ਗਈ ਜਾਂ ਮਰ ਗਈ ਗੜਿਆਂ ਹੇਠ ਆ ਗਈ ਉਹਨੂੰ ਤਾਂ ਇੱਕ ਰੁਪਿਆ ਨਹੀਂ ਮਿਲਦਾ, ਪਰ ਜਿਹੜੇ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਜਾਂ ਪਿੰਡ ਦੇ ਚੌਧਰੀ ਹੁੰਦੇ ਨੇ ਚੰਗੀ ਬਹਿਣੀ ਉੱਠਣੀ ਹੁੰਦੀ ਹੈ ਅਫਸਰਾਂ ਨਾਲ, ਉਹਨਾਂ ਦੀ ਮਰੀ ਨਹੀਂ ਹੁੰਦੀ, ਉਹ ਹਿੱਸਾ ਇੱਕ ਪਾ ਪਾ ਕੇ ਦਸ ਦਸ ਕਿੱਲਿਆਂ ਦਾ ਮੁਆਵਜ਼ਾ ਉਹ ਲੈ ਜਾਂਦੇ ਨੇ। ਇਹ ਚੀਜ਼ ਦਾ ਸਾਨੂੰ ਡਰ ਹੁਣ ਵੀ ਹੈ ਵੀ ਜੇ ਮੰਨ ਕੇ ਚੱਲੋ ਅਸਲ ਦੇ ਵਿੱਚ ਮੁਆਵਜ਼ੇ ਦੀ ਤਾਂ ਗੱਲ ਕਰਾਂ ਇੱਕ ਕਿੱਲੇ ਦਾ ਜਿਹਦੀ ਜੀਰੀ ਦੁਬਾਰਾ ਲੱਗਦੀ ਨਹੀਂ ਉਹਨੂੰ ਘੱਟੋ ਘੱਟ 50-60 ਹਜ਼ਾਰ ਰੁਪਇਆ ਏਕੜ ਦਾ ਉਹਨੂੰ ਮਿਲਣਾ ਚਾਹੀਦਾ। ਜੀਰੀ ਲੱਗਦੀ ਹੈ ਝੋਨਾ ਲੱਗਦਾ ਹੈ ਉਹਨੂੰ ਘੱਟੋ ਘੱਟ 20 ਹਜ਼ਾਰ ਰੁਪਇਆ ਮੁਆਵਜ਼ੇ ਦਾ ਮਿਲਣਾ ਚਾਹੀਦਾ ਹੈ। ਪਰ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਰੀ ਹੈ ਵੀ ਮਾਲ ਵਿਭਾਗ ਦੀ, ਇਹ ਗੱਲਾਂ ਆਉਣ ਵਾਲੇ ਟਾਈਮ ਦੇ ਵਿੱਚ ਹੋਣੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ, ਹਰ ਵਾਰ ਹੀ ਹੁੰਦਾ ਇਸ ਵਾਰ ਵੀ ਹੋਊਗਾ। ਅਤੇ ਮੈਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਇਹੋ ਗੱਲ ਕਹਿੰਦਾ ਵੀ ਘੱਟੋ ਘੱਟ ਇਹ ਜੇ ਗਰਦੌਰੀਆਂ ਤੁਸੀਂ ਸ਼ੁਰੂ ਕਰੋਗੇ, ਚੱਲ ਕਹਿੰਦੇ ਨੇ ਵੀ ਜਦ ਕਰੋਗੇ ਵੀ ਘੱਟੋ ਘੱਟ ਇਸ ਚੀਜ਼ ਦੀ ਨਿਗਰਾਨੀ ਕਰਨ ਵੀ ਜਿਹੜੇ ਮਾਲ ਵਿਭਾਗ ਦੇ ਅਫਸਰ ਨੇ ਸਹੀ ਗਰਦੌਰੀਆਂ ਹੀ ਕਰਾ ਲੈਣ, ਉਹ ਇਹਦੀ ਬੜੀ ਮਿਹਰਬਾਨੀ ਹੋਊਗੀ। ਇੱਕ ਆਉਣ ਆ ਮੇਰੀ ਗੱਲ ਇਹ ਵੀਡੀਓ ਨੂੰ ਸਾਂਭ ਕੇ ਰੱਖ ਲਈ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਹੈ, ਇਹ ਪਿੰਡ ਦੇ ਚੌਧਰੀ ਪਟਵਾਰੀਆਂ ਨਾਲ ਮਿਲ ਮਿਲ ਕੇ ਇਹਨਾਂ ਨੇ ਹਿੱਸੇ ਪਾ ਲੈਣੇ ਨੇ, ਜਿਨ੍ਹਾਂ ਦਾ ਇੱਕ ਖੁੱਡ ਨਹੀਂ ਮਰਿਆ ਉਹਨਾਂ ਨੇ ਆਪਣੇ ਰੁਪਈਏ ਖਾਤਿਆਂ ਵਿੱਚ ਪਵਾ ਲੈਣੇ ਨੇ ਅਤੇ ਜਿਨ੍ਹਾਂ ਦੀ ਕਿਸਾਨਾਂ ਦੀ ਫਸਲ ਮਰ ਗਈ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ। ਇਹ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋਣਾ, ਕਿਉਂਕਿ ਉਹੀ ਅਫਸਰਸ਼ਾਹੀ ਹੈ ਅਤੇ ਉਹੀ ਲੋਕ ਨੇ, ਉਹੀ ਪਿੰਡ ਦੇ ਚੌਧਰੀ ਨੇ, ਕੋਈ ਬਹੁਤਾ ਫਰਕ ਨਹੀਂ ਜੇ ਆਪਾਂ ਕਹਿ ਦਈਏ, ਚਿਹਰੇ ਬਦਲ ਜਾਂਦੇ ਨੇ, ਨੀਤੀਆਂ ਅਤੇ ਨੀਤ ਸਾਰਿਆਂ ਦੀ ਇਹੋ ਜਿਹੀ ਹੈ ਹੁਣ ਵੀ। ਤੁਸੀਂ ਇੱਕ ਗੱਲ ਦੇਖੋ ਕਿ ਮੁੱਖ ਮੰਤਰੀ ਸਾਹਿਬ ਜੇ ਕਿਸਾਨਾਂ ਦੀ ਬਾਂਹ ਫੜਨ ਵਾਸਤੇ ਸੁਹਿਰਦ ਨੇ ਉਹ ਚਾਹੁੰਦੇ ਆ ਵੀ ਅਸੀਂ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ, ਤਾਂ ਪਹਿਲਾਂ ਸਭ ਤੋਂ ਪਹਿਲਾਂ ਕੰਮ ਹੈ ਜਿਹੜਾ ਪੰਜਾਬ ਸਰਕਾਰ ਦੇ ਕਰਨ ਵਾਲਾ ਸਾਡੇ ਮੁੱਖ ਮੰਤਰੀ ਸਾਹਿਬ ਦੇ ਕਰਨ ਵਾਲਾ ਕਿ ਮੁਆਵਜ਼ੇ ਵਾਸਤੇ, ਚਾਹੇ ਉਹ ਫਸਲਾਂ ਦਾ ਮੁਆਵਜ਼ਾ ਹੈ, ਪਸ਼ੂਆਂ ਦਾ ਮੁਆਵਜ਼ਾ ਹੈ, ਜਾਂ ਜਾਨੀ ਕਿਸੇ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਹੈ, ਜਾਂ ਢਹਿ ਚੁੱਕੇ ਘਰਾਂ ਦਾ ਮੁਆਵਜ਼ਾ ਹੈ ਕੁਦਰਤੀ ਆਫਤਾਂ ਨਾਲ, ਪਹਿਲਾਂ ਤਾਂ ਉਹਦੀਆਂ ਜਿਹੜੀਆਂ ਨਿਯਮ ਅਤੇ ਸ਼ਰਤਾਂ ਨੇ ਉਹਨਾਂ ਨੂੰ ਤਬਦੀਲ ਕਰਨ, ਕਿਉਂਕਿ ਜਿੰਨਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਉਹ ਚਾਹੇ ਮਕਾਨਾਂ ਦਾ, ਚਾਹੇ ਪਸ਼ੂਆਂ ਦਾ, ਚਾਹੇ ਜਾਨੀ ਨੁਕਸਾਨ ਹੈ ਅਤੇ ਚਾਹੇ ਫਸਲਾਂ ਦਾ, ਜਿਹੜਾ ਇਹਨਾਂ ਨੇ ਕ੍ਰਾਈਟੇਰੀਆ ਰੱਖਿਆ ਹੋਇਆ ਉਹਦੇ ਹਿਸਾਬ ਨਾਲ ਤਾਂ ਪੈਸੇ 6500 ਰੁਪਇਆ ਮੈਨੂੰ ਪਤਾ ਲੱਗਿਆ ਅੱਜ ਕਿ 6500 ਰੁਪਇਆ ਮਕਾਨ ਦਾ ਮੁਆਵਜ਼ਾ, ਤੁਸੀਂ ਮੈਨੂੰ ਦੱਸੋ ਕਿ 6500 ਰੁਪਈਏ ਦੇ ਨਾਲ ਇੱਕ ਢਹਿ ਚੁੱਕੇ ਮਕਾਨ ਦੇ ਵਿੱਚ ਕੀ ਬਣੂਗਾ? ਫਸਲਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਫਸਲਾਂ ਦਾ ਮੁਆਵਜ਼ਾ ਜੋ ਸਰਕਾਰ ਦਾ ਹੁਣ ਤੱਕ ਦਾ ਕ੍ਰਾਈਟੇਰੀਆ ਹੈਗਾ ਉਹਦੇ ਨਾਲ ਕਿਸਾਨ ਦੀ ਫਸਲ ਦਾ ਬੀਜ ਵੀ ਨਹੀਂ ਆਉਂਦਾ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਨਿਯਮ ਅਤੇ ਸ਼ਰਤਾਂ ਜਿਹੜੀਆਂ ਮੁਆਵਜ਼ੇ ਵਾਸਤੇ ਉਹਨਾਂ 'ਚ ਤਬਦੀਲੀ ਕਰਨੀ ਚਾਹੀਦੀ ਹੈ। ਉਹ ਤੋਂ ਬਾਅਦ ਬਿਨਾਂ ਦੇਰੀ ਕੀਤੇ ਹਰ ਕਿਸਾਨ ਨੂੰ, ਹਰ ਛੋਟੇ ਦੁਕਾਨਦਾਰ ਨੂੰ, ਹਰ ਮਜ਼ਦੂਰ ਨੂੰ ਜਿਹਦਾ ਇਹਨਾਂ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਗਾ ਉਹ ਉਦੋਂ ਮੁਆਵਜ਼ਾ ਤੁਰੰਤ ਜਾਰੀ ਕਰਨਾ ਚਾਹੀਦਾ। ਸਿੱਧਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੂੰਗੇ ਜਿੰਨਾ ਜਿਹਨਾਂ ਨੂੰ ਅਜੇ ਵੀ ਲੱਗਦਾ ਵੀ ਧਰਨਾ ਲਾਏ ਬਿਨਾਂ ਸਰ ਸਕਦਾ, ਵੀ ਇਹ ਤਾਂ ਕਿਸਾਨ ਤਾਂ ਵਿਹਲੇ ਨੇ ਯਾਰ, ਵੀ ਇਹ 6 ਮਹੀਨੇ ਬਾਅਦ ਫਸਲ ਇੱਕ ਵਾਰੀ ਬੀਜ ਕੇ ਮੁੜ ਕੇ ਧਰਨਾ 'ਤੇ ਹੋ ਜਾਂਦੇ ਨੇ ਇਹ, ਪਹਿਲਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੂੰਗੇ? ਦੂਜੀ ਗੱਲ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ? ਉਹਨਾਂ ਲੋਕਾਂ ਨੂੰ ਅਤੇ ਸਰਕਾਰ ਨੂੰ ਇੱਕੋ ਗੱਲ ਕਹਿੰਦੇ ਹਾਂ, ਇੱਕੋ ਬੇਨਤੀ ਕਰਦੇ ਹਾਂ, ਜਮ੍ਹਾਂ ਨਹੀਂ ਧਰਨਾ ਲਾਉਂਦੇ, ਜਮ੍ਹਾਂ ਨਹੀਂ ਧਰਨਾ ਲਾਉਂਦੇ, ਨਾ ਸਾਨੂੰ ਧਰਨਾ ਲਾਉਣ ਦੀ ਲੋੜ। ਜਿਹੜਾ ਸਾਨੂੰ ਮੁਆਵਜ਼ਾ ਹੈ ਚਾਹੇ ਉਹ ਫਸਲਾਂ ਦਾ ਹੈ
चाहे किसी गरीब परिवार के मजदूर का जो घर डिग गया वह सानू फटाफट फौरी तौर पर जो सानू मुआवजे दे देना सानू मौका ही ना दिता जाए भी सानू धरना लाना पवे साडा किहड़ा जी करदा है असी उरे पानी कढ़न ते लगे होए आ भी चलो झोना नहीं होगा कोई होर कोई तोड़ी कोई मक्की होर फसल ओदा करांगे साडा टाइम ही नहीं इत्थों जाण दा सो सानू मौका ही ना दिता जाए भगवंत मान साहब मैं उन्होंने सरकार के नुमाइंदे नूं भी कहना सानू मौका ना दिता जाए भी असी धरना लैन बैठीए ना ही सानू लोड़ आ सो तुसीं फौरी तौर ते जिहड़ा मुआवजा है ओह लोकां तक पहुँचदा करो करा फसलों का नुकसान तो तय सीगा सिमरन भी यार फसलां बर्बाद होणगियां होणगियां पर जो हुण असीं बीरे वाला पिंड है अज चांदपुर जाके होर बहुत सारे पिंडां च गए हैं असीं कोशिश रही है भी कल्ले कल्ले घर की स्टोरी की है वो जिहड़ा घर डिग गया यार क्योंकि घर पाउणा बहुत औखा है परिवार थाइयां च बैठे ने परिवार अलग अलग कितने कोई मंडी एक तो परिवार मंडी च बैठा मैं देख के हूँ तुम देखो थोनू क्या लगता घर का सिस्टम यह क्योंकि बदलाव उम्मीद करते हैं लोग मुआवजा तो 6500 जिम्मे कह गया कोई 10-20 हज़ार दे भी सकते हैं पर मुआवजा तो सरदा नहीं है तुहानू क्या लगता वह हल की है साढ़े मुख्यमंत्री साहब ने ना सरकार चोण तो पहला एक गल बड़े व्डे पद्धर से जोर शोर न प्रचारी सी बड़िया वीडियो जड़िया सोशल मीडिया से वह घूम रही हैं मुख्यमंत्री साहब कहने होंगे सी कि सरकार आ जाने तो असी पंजाब दे विच धरना नहीं लगन देंगे पंजाब दे विच किते भी धरना नहीं लगेगा पर असलियत अज यह है कि धरनिया की गिनती है जी पहला नालों भी बढ़ चुकी है जदों किसी मंग नू लैके जायज़ मंग नू लैके धरना लगता है ना उदों लोगों का जिहड़ा जन समर्थन है वह बहुत वड्डे पद्धर से मिलता है उस मंग नू उस धरने नू उस कठ नू जदों जन समर्थन मिलता है तो उदो जे सत्ता दे विच हुंदे आ सत्ताधारी हुंदे आ डर जाते हैं वो कंबदे आ लोगों के कठा तो उन्होंने पता हुंदा है कि सानू जिहड़ियां लोगों दीयां मंगां इह मन्ननियां पैणगियां जदों मंगां जायज़ नहीं हुंदियां उदों जिहड़े धरने लगते हैं उन्हां दा रिजल्ट भी पॉजिटिव नहीं आउंदा आ मुख्यमंत्री साहब भी पिछले दिन ही दिल्ली दे विच बैठे सी धरने ते CBI कोर्ट के मूहरे तो मैं मुख्यमंत्री साहब नूं तुहाडे माध्यम राही पुछना चाहुंदा कि मुख्यमंत्री साहब तुसीं फिर उत्थे धरने ते क्यों बैठे सी जिहड़ा कि एक भ्रिष्टाचार के दोषों के लीडर थोड़ा अंडर है शराब घोटाले दे विच किसान मजदूर दुकानदार विद्यार्थी अध्यापक जथेबंदियां जां होर वख वख मुलाजम जथेबंदियां जदों धरने लाउंदियां अपनियां मंगां नूं लैके धरने लाउंदियां ने ते दूजी गल जदों भी कोई मनुख है जिहड़ा कामयाब हुंदा है दो पैसे कमाने शुरू करता है तो उन्होंने जोड़ने शुरू करता है तो वो सब तो पहली आस यह होंगी है भी मैं यार चंगा मकान बनावा पर सरकारां दियां गलत नीतियां दे कारण जदों इह कुदरती करोपियां आउंदियां कुदरती करोपियां आ जांदियां हुंदियां पर जदों सरकारां दियां नीतियां गलत हुंदियां हैगियां सरकार उत्थे सही नहीं हुंदी तां इह साडे वास्ते इक जिहड़ा नसूर बन के विचरदियां ने इह जिहड़ियां कुदरती करोपियां ने मकान डिगदे है फसलों के नुकसान होंदे है हुण साडी मुख्यमंत्री साहब नूं बेनती है कि जिहड़े मकान डिगे है जिन्हां दा मकानां दा नुकसान होया है उन्हां मकानां नूं मुआवजा देण वास्ते तुसीं जिहड़ी प्रधानमंत्री आवास योजना हैगी उस योजना अधीन इन्हां नूं लैके आओ उस योजना अधीन इन्हां डिग चुके मकानां दा जिहड़ा मुआवजा तुसीं उह जारी करो तां कि कुछ ना कुछ भावें कि इस नुकसान की भरपाई नहीं हो सकती पर थोड़ा बहुत आर्थिक तौर पर जी मदद है उन्होंने लोगों मिल सके तुसी सुनिया सिमरजीत ते बब्बू कुलरिया असी अखी देखते रहे हैं कि असी इन्हां नाल गल्लां करनियां तां जरूरी समझियां क्योंकि सब कुछ बेशक पंजाब दा जिन्ने भी हड़ पीड़ित इलाके ने हड़ा तो प्रभावित एरिया जिहड़ा वो सारे संताप हंडाउंदे ने पर इहो जे जदों इहो जिहा कोई दौर आउंदा है तो मूरली कतार विच खड़े ने जिहड़े अगवाई करते हैं सही दिशा देंदे ने तो उन्होंने लोगों सामने लैके आना जरूरी हो जाता है तुहानू ये मुलाकात चंगी लगी होगी असी भी उम्मीद करते हैं कि पंजाब की साडे बदलाव की सरकार तो कि एक किसान लगातार जिस दिन के हड़ आए ने जिस दिन के बन टुटे है उस दिन तो लगातार डीजल होर ट्रैक्टर ट्रालियां तोड़ रहे हैं होर अनेक लखा रुपए का डीजल मचे लखा रुपए के खर्चे हो चुके हैं कल्ले मुआवजे नाल नहीं सरना किसी का दिल नहीं करता हुंदा साडा समाजिक ढांचा ही इह है कि जो किसान बर्बाद हुंदा जो किसान की जमीन बिकदी है जिहड़ी जमीन बंजर हुंदी है तो उहदी आर्थिक होनी तो भुगतदी है पर जिहड़ा समाजिक ताणा बणा उहदा वह अपने पिंडे ते बाखूबी हंडाउंदा उह बहुत दुखांत नाल हंडाउंदा उह तां लोड़ है समें दीआं हुकमरान सरकारां नूं कि जिहड़े घर डिगे ने
फसलां बर्बाद होईयां ने, जिहड़े अजे भी पानी अपने आप कढ रहे ने। हुण इह वड्डा सवाल है कि पानी अपने आप होना तो यह चाहिए सी कि सरकार वल्लों जिहा ढांचा कोई सिस्टम उलीकिया जांदा, इह घंटा हिसाब नाल पानी खाली करता जांदा। जदों इह हुण जे पानी कढण लगे होए ने, 10 दिन हो गए लग्या नूं, अगे 10-15 दिन होने नूं होर लगणगे, उदों नूं झोने सीजन जिहड़ा होर खत्म हो जूगा। सो इस उम्मीद दे नाल जुड़े रहो सरलेख दे नाल।